ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਨਵੰਬਰ ਨੂੰ ਬਾਕੀ ਪਾਰਟੀਆਂ ਵਿਪਖਸ਼ੀ ਪਾਰਟੀਆਂ ਦੇ ਨੇਤਾਵਾਂ ਨੂੰ ਓਪਨ ਚੈਲੰਜ ਕੀਤਾ ਕਿ ਉਹ ਆ ਕੇ ਉਹਨਾਂ ਨਾਲ ਸਵਾਲ ਜਵਾਬ ਕਰਨ ਕਿਉਂਕਿ ਅਇ ਦਿਨ ਵਿਪਖਸ਼ੀ ਪਾਰਟੀ ਵਾਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਅਇ ਦਿਨ ਇਲਜ਼ਾਮ ਲਗਾਏ ਜਾਂਦੇ ਆ ਜਿਸ ਨੂੰ ਲੈ ਕੇ ਹੋਣ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਸੋ ਸਾਡੇ ਲੋ ਸਾਡੇ ਨਾਲ ਪੰਜਾਬ ਦੇ ਲੋਕ ਮੌਜੂਦ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਤੇ ਵੀ ਇਸ ਦਾ ਬਹੁਤ ਅਸਰ ਪਏਗਾ ਕਿਉਂਕਿ ਅਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਓਪਨ ਚੈਲੰਜ ਜਿਹੜਾ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਕੀਤਾ ਸੀ ਸੋ ਪੰਜਾਬ ਦੇ ਲੋਕ ਇਸ ਬਾਰੇ ਕੀ ਸੋਚਦੇ ਆ ਅਸੀਂ ਪੰਜਾਬ ਦੇ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਓਪਨ ਚੈਲੰਜ ਵਿਪਕਸ਼ੀ ਪਾਰਟੀਆਂ ਨੂੰ ਕੀਤਾ ਬਿਲਕੁਲ ਚੈਲੰਜ ਤੇ ਕਰਨਾ ਚਾਹੀਦਾ ਜੇ ਦੋਨੋਂ ਧਿਰਾਂ ਨੂੰ ਬਹਿਣਾ ਵੀ ਚਾਹੀਦਾ ਕਿਉਂਕਿ 70 ਸਾਲ ਇੱਕ ਦੋ ਪਾਰਟੀਆਂ ਨੇ ਰਾਜ ਕੀਤਾ ਜਿਹੜਾ 80 ਤੋਂ 90 ਤੱਕ ਦਾ ਜਿਹੜਾ ਦਹਾਕਾ ਸੀ ਜਿੱਥੇ ਬਹੁਤ ਜ਼ਿਆਦਾ ਇਹਨਾਂ ਨੂੰ ਘਾਟਾ ਪਿਆ ਕਿਉਂਕਿ ਇਹਨਾਂ ਕਰਜ਼ਾ ਇਹਨਾਂ ਚੜ ਗਿਆ ਕਿ ਇਹ ਤਾਂ ਕੋ ਨਿਕਲਿਆ ਨਹੀਂ ਜਾ ਰਿਹਾ ਜਿੱਥੋਂ ਤੱਕ ਉਹਨਾਂ ਨਹਿਰ ਦਾ ਸਵਾਲ ਆ ਕਿ ਨਹਿਰ ਕੱਢਣੀ ਆ ਨਹਿਰ ਤੇ ਯਾਨੀ ਜੈਲ ਸਿੰਘ ਨੇ ਕਢਾਤੀ ਸੀ ਇੰਦਰ ਗਾਦੀ ਨੂੰ ਖੁਸ਼ ਕਰਨ ਲਈ ਉਦੋਂ ਜਦ ਦਾ ਜਦ ਉਹਦਾ ਟੱਕ ਲਾਇਆ ਸੀ ਉਹਦੇ ਵਿੱਚ ਬਾਦਲ ਵੀ ਸੀ ਉਹਦੀ ਥਾਂ ਤੇ ਬਾਦਲ ਨੇ ਦੇਵੀ ਲਾਣਾ ਸਮਝੌਤਾ ਕਰਕੇ ਉਹਨਾਂ ਨੇ ਆਪ ਹੋਟਲ ਦਾ ਥਾਂ ਲੈ ਲਈ ਗੁਰਗਾਓਂ ਚ ਉਹ ਉਹਦੇ ਚ ਲੱਗ ਗਏ ਇਹਨਾਂ ਨੇ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਲਾਤਾ ਦੇਖੋ ਹੁਣ ਪਾਰਟੀ ਆਈਏ ਇਹਨਾਂ ਨੂੰ ਸਪਸ਼ਟ ਕਰਨਾ ਚਾਹਤਾ ਇਹਨੂੰ ਪੂਰ ਦੇਣ ਤੇ ਫਿਰ ਤਾਂ ਪਤਾ ਲੱਗਦਾ ਕਿ ਹਾਂ ਭਗਵਾਨ ਸਿੰਘ ਮਾਨ ਪੂਰਨ ਡਿਆ ਉਹ ਵੀ ਗੋਲ ਮੋਲ ਜਾ ਕੇ ਬਿਲਾ ਕੇ ਬੈਠੇ ਨੇ ਇਹਦੇ ਨਾਲ ਸਾਡੇ ਕੋਲ ਪੰਜਾਬ ਕੋਲ ਪਾਣੀ ਨਹੀਂ ਆ ਪਾਣੀ ਤਾਂ ਸਾਰਾ ਪਹਿਲਾਂ ਹੀ ਜਾ ਰਿਹਾ ਰਾਜਸਥਾਨ ਨੂੰ ਜਾ ਰਿਹਾ ਤੇ ਹਰਿਆਣੇ ਨੂੰ ਪਹਿਲਾਂ ਹੀ ਜਾ ਰਿਹਾ ਹੁਣ ਕਿੱਥੋਂ ਪਾਣੀ ਦੇਣਗੇ ਜਿਹੜਾ ਸੁੱਕਾ ਪੈਂਦਾ ਜਾਂ ਜਿਹੜੇ ਹਾੜ ਆਉਂਦੇ ਜਦੋਂ ਹਾੜ ਆਉਂਦਾ ਤੇ ਰੋਡ ਦਿੰਦਾ ਜੋ ਸੋਕਾ ਪੈਂਦਾ ਤਾਂ ਪਾਣੀ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਫਸਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਸੈਂਟਰ ਨੇ ਨਹੀਂ ਬੁਰੀ ਤਰ੍ਹਾਂ ਫਸਾਤਾ ਦੋ ਫਸਲਾਂ ਕਰਕੇ ਕਿ ਤੁਸੀਂ ਦੋ ਕਿਉਂਕਿ ਪਹਿਲਾਂ ਭੁੱਖਮਰੀ ਸੀ ਹਿੰਦੁਸਤਾਨ 'ਚ ਔਰ ਜੇ ਜ ਕਿਸੇ ਨੇ ਰੋਟੀ ਦਿੱਤੀ ਤਾਂ ਪੰਜਾਬ ਦੇ ਲੋਕਾਂ ਨੇ ਰੋਟੀ ਦੇ ਪੰਜਾਬ ਦੇ ਕਿਸਾਨੀ ਨੇ ਰੋਟੀ ਦਿੱਤੀ ਹੁਣ ਇੰਨੀ ਬੁਰੀ ਤਰ੍ਹਾਂ ਫਸਾ ਦਿੱਤਾ ਕਿ ਉਹ ਦੋ ਚੱਕਰਾਂ 'ਚ ਫਸ ਗਏ ਨੇ ਕਰਨਕ ਤੇ ਝੋਨੇ 'ਚ ਫਸ ਗਏ ਨੇ ਉਹਦੇ 'ਚ ਨਿਕਲਿਆ ਨਹੀਂ ਜਾ ਰਿਹਾ ਪਾਣੀ ਥੱਲੇ ਚਲੇ ਗਿਆ ਹੁਣ 3-300 ਫੁੱਟ ਤੋਂ 4-400 ਫੁੱਟ ਵੀ ਸਾਡੇ ਆ ਜੀਰਾ ਆ ਜੀਰਾ ਥੱਲੇ ਪਾਣੀ ਨਹੀਂ ਰਹਿ ਗਿਆ ਹੁਣ ਲਾਸਟ ਤੈਰ ਰਹਿ ਗਈ ਆ ਜੇ ਇਹ ਵੀ ਤੈਰ ਨਿਕਲ ਗਈ ਤੇ ਪੰਜਾਬ ਤੇ ਉਧਰ ਰਾਜਸਥਾਨ ਬਣ ਜਾਣਾ ਤੁਸੀਂ ਤੁਸੀਂ ਬਾਜੀ ਕੀ ਸੋਚਦੇ ਹੋ ਕਿ ਜਿਹੜਾ ਪਾਣੀ ਦਾ ਮੁੱਦਾ ਐ ਐਸਵਾਈਐਲ ਦਾ ਮੁੱਦਾ ਵਾ ਇਹ ਕੋਈ ਨਵਾਂ ਮੁੱਦਾ ਨਹੀਂ ਹੈ ਕਿਉਂਕਿ ਪਹਿਲੀ ਸਰਕਾਰਾਂ ਸੀ ਉਹ ਵੀ ਕਹਿੰਦੇ ਸੀ ਸਾਡੇ ਕੋਲ ਪਾਣੀ ਨਹੀਂ ਆ ਭਗਵੰਤ ਮਾਨ ਦੀ ਸਰਕਾਰ ਵੀ ਕਹਿੰਦੀ ਹੈ ਸਾਡੇ ਕੋਲ ਪਾਣੀ ਨਹੀਂ ਹੈ ਲੇਕਿਨ ਹੁਣ ਇਸ ਮੁੱਦੇ ਨੂੰ ਕਿਉਂ ਦੁਬਾਰਾ ਚੁੱਕਿਆ ਜਾ ਰਿਹਾ ਇਹ ਸਾਡੇ ਅਸਲ ਜਿਹੜੇ ਮੁੱਦੇ ਆ ਜ਼ਿੰਦਗੀ ਦੇ ਉਹਨਾਂ ਤੋਂ ਉਲਝਾਉਣ ਵਾਸਤੇ ਸਰਕਾਰਾਂ ਨੇ ਹਮੇਸ਼ਾ ਹੀ ਲੋਕਾਂ ਨੂੰ ਵਰਕ ਲਾਇਆ ਅੱਜ ਵੀ ਉੱਥੇ ਹੀ ਸਰਕਾਰ ਸਟੈਂਡ ਕਰ ਰਹੀ ਹੈ ਜਦੋਂ ਕਿ ਇਹ ਜਿਹੜਾ ਮੁੱਦਾ ਐਸਵਾਈਐਲ ਦਾ ਮੁੱਦਾ ਵਾ ਇਹ ਜਾਣ ਬੁੱਝ ਕੇ ਉਲਝਾਇਆ ਗਿਆ ਪੰਜਾਬ ਦੀ ਵੰਡ ਦੇ ਦੌਰਾਨ ਜਦੋਂ ਪੰਜਾਬ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਉਸ ਵਕਤ ਜਿੰਨੇ ਦਰਿਆ ਸਮੁੱਚੇ ਪੰਜਾਬ 'ਚ ਵੰਡੇ ਵਗਦੇ ਸੀ ਉਹਨਾਂ ਸਾਰਿਆਂ ਦਰਿਆਵਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਇਸ ਮੁੱਦੇ ਨੂੰ ਸੁਲਝਾਇਆ ਨਹੀਂ ਗਿਆ। ਯਮਨਾ ਨੂੰ ਹਰਿਆਣਾ ਵਿੱਚ ਸੈਪਰੇਟ ਛੱਡ ਦਿੱਤਾ ਗਿਆ ਔਰ ਜਿਹੜੀ ਪੰਜਾਬ ਦੇ ਵਿੱਚ ਸਥਿਤੀ ਹੀ ਪੰਜਾਬ ਵਿੱਚ ਜਿਹੜੇ ਦਰਿਆ ਵਗਦੇ ਉਹਨਾਂ ਦੇ ਪਾਣੀ ਦੀ ਵੰਡ ਕੀਤੀ ਜਾ ਰਹੀ ਆ। ਆਲਰੇਡੀ ਸਥਿਤੀ ਇਹ ਆ ਕਿ ਪੰਜਾਬ ਕੋਲੋਂ ਜਿੰਨਾ ਪਾਣੀ ਹਰਿਆਣਾ ਤੇ ਰਾਜਸਥਾਨ ਲੈ ਰਹੇ ਆ ਉਹਨਾਂ ਪੰਜਾਬ ਕੋਲ ਅੱਜ ਦੀ ਡੇਟ ਵਿੱਚ ਪਾਣੀ ਹੈ ਨਹੀਂਗਾ। ਪੰਜਾਬ ਦੇ ਦਰਿਆ ਤੇ ਸੁੱਕੇ ਚੱਲ ਰਹੇ ਆ। ਉਨ੍ਹਾਂ ਵਿੱਚ ਪਾਣੀ ਹੈ ਨਹੀਂ ਪਾਣੀ ਤੇ ਪਿੱਛੇ ਡੈਮੋ ਵਿੱਚ ਬਣ ਲਿਆ ਗਿਆ ਉਨ੍ਹਾਂ ਵਿੱਚ ਲੋੜ ਅਨੁਸਾਰ ਪਾਣੀ ਛੱਡ ਕੇ ਅਸੀਂ ਰਾਜਸਥਾਨ ਦੀ ਵੀ ਪੂਰਤੀ ਕਰ ਰਹੇ ਹਾਂ ਔਰ ਹਰਿਆਣੇ ਦੀ ਵੀ ਪੂਰਤੀ ਕਰ ਰਹੇ ਹਾਂ ਜਦੋਂ ਕਿ ਸਾਡੀਆਂ ਆਪਣੀਆਂ ਨਹਿਰਾਂ ਮੈਂ ਪਿਛਲੇ 40 ਸਾਲਾਂ ਤੋਂ ਦੇਖ ਰਿਹਾ ਸੀ ਬਿਲਕੁਲ ਸੁੱਕੀਆਂ ਚੱਲ ਰਹੀਆਂ ਹੁਣ ਆਣ ਕੇ ਇਹਨਾਂ ਨੇ ਇਸ ਸਾਲ ਵਿੱਚ ਕੁਝ ਨਹਿਰਾਂ ਸੂਵੇ ਸਾਡੇ ਪੱਕੇ ਕੀਤੇ ਆ ਉਹ ਪੱਕੇ ਕਰਕੇ ਤੇ ਸਾਨੂੰ ਪਾਣੀ ਪਹੁੰਚਾਉਣ ਦਾ ਯਤਨ ਕੀਤਾ ਪਰ ਉਹ ਵੀ ਸਾਲ ਵਿੱਚ ਇੱਕ ਮਹੀਨਾ ਸਾਰਾ ਪਾਣੀ ਸਾਡੇ ਕੋਲ ਆ ਰਿਹਾ ਜੀ ਪੂਰੇ ਸਾਲ ਚ ਇੱਕ ਮਹੀਨਾ ਇਹਨਾਂ ਸੁਵੀਆਂ ਤੇ ਪਾਣੀ ਆ ਰਿਹਾ ਲੋੜ ਅਨੁਸਾਰ ਜੇ ਅਸੀਂ ਕਹਿੰਨੇ ਛੱਡ ਦਿੰਦੇ ਨੀ ਤੇ ਉਧਰ ਵਿੱਚ ਕਹਿੰਦੇ ਬੰਦ ਰਹਿਣ ਤੋਂ ਲੋੜ ਹੀ ਨਹੀਂ ਇਹਨਾਂ ਲੋਕਾਂ ਨੂੰ ਇਸ ਪਾਣੀ ਦੀ ਸੋ ਇਹ ਮੁੱਦਾ ਜਿਹੜਾ ਹੈਗਾ ਸਾਨੂੰ ਅਸਲ ਮੁੱਦਿਆਂ ਤੋਂ ਭੜਕਾ ਕੇ ਲੋਕ ਆਕਾਂ ਦੀ ਅਸੀਂ ਗੱਲ ਕਰਦੇ ਆ ਲੋਕ ਨੀਤੀਆਂ ਵਧੀਆਂ ਬਣਾਉਣ ਦੀ ਗੱਲ ਕਰਦੇ ਆ ਅਸੀਂ ਮਹਿੰਗਾਈ ਦੀ ਗੱਲ ਕਰਦੇ ਆ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਆ ਵਧੀਆਂ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਪਰ ਸਰਕਾਰਾਂ ਅਸ ਵਕਤ ਲੋਕਾਂ ਨੂੰ ਇਸ ਮੁੱਦੇ ਤੋਂ ਮੁੱਦੇ ਤੋਂ ਭਟਕਾ ਕੇ ਇਹੋ ਜਿਹੀ ਨਜਾਇਜ਼ੇ ਮੁੱਦਿਆਂ ਤੇ ਲੈ ਕੇ ਤੁਰੀਆਂ ਫਿਰਦੀਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਮਕਸਦ ਨਹੀਂ ਹੈ ਜੀ। ਇਹ ਜੀ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਹੋਰ ਵੀ بڑے ਮੁੱਦੇ ਐ, ਅਹਿਮ ਮੁੱਦੇ ਐ। ਸਰਕਾਰਾਂ ਨੇ ਜਦੋਂ ਚੋਣਾਂ ਸੀ ਵਿਧਾਨ ਸਭਾ ਉਸ ਤੋਂ ਪਹਿਲਾਂ ਕਈ ਵਾਅਦੇ ਕੀਤੇ ਸੀ। ਕੀ ਲੱਗਦਾ ਕਿ ਉਹ ਵਾਅਦਿਆਂ ਨੂੰ ਹੁਣ ਪੂਰਾ ਕਰਨ ਦਾ ਸਮਾਂ ਆ ਗਿਆ। ਉਸ ਮੁੱਦਿਆਂ ਤੇ ਵੀ ਗੱਲ ਕਰਨੀ ਚਾਹੀਦੀ ਹੈ। ਬਿਲਕੁਲ ਸਮਾਂ ਆ ਗਿਆ ਕਿਉਂਕਿ ਵੇਖੋ ਲਾ ਐਂਡ ਆਰਡਰ ਨਸ਼ੇ ਇਹ ਬਹੁਤ ਦੋ ਵੱਡੇ ਮੁੱਦੇ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਲਟਕ ਰਹੇ ਨੇ। ਤੇ ਬਹੁਤ ਉਮੀਦ ਸੀ ਕਿ ਕੁਝ ਹੋਏਗਾ ਨਵੀਂ ਸਰਕਾਰ ਦੇ ਨਾਲ ਪਰ ਅਜੇ ਕੁਝ ਬਣਦਾ ਨਜ਼ਰ ਨਹੀਂ ਆ ਰਿਹਾ ਸੋ ਇਹ ਜਿਵੇਂ ਐਸਵਾਈਐਲ ਦਾ ਵੀ ਮੁੱਦਾ ਆ ਉਹਦੇ ਤੇ ਵੀ ਗੱਲ ਕਰਨੀ ਤੇ ਦੋਵਾਂ ਤੇ ਤੁਹਾਨੂੰ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਔਰ ਇਹ ਦੋ ਮੁੱਦੇ ਜਿਹੜੇ ਨੇ ਨਸ਼ਿਆਂ ਦਾ ਮਹਿੰਗਾਈ ਦਾ ਔਰ ਲਾਅ ਐਂਡ ਆਰਡਰ ਦਾ ਇਹਦੇ ਤੇ ਵੀ ਬੜੀ ਜ਼ਿੰਮੇਵਾਰੀ ਨਾਲ ਸਰਕਾਰ ਨੂੰ ਚੱਲਣਾ ਚਾਹੀਦਾ ਕਿਉਂਕਿ ਬਹੁਤ ਹਾਲਤ ਜ਼ਿਆਦਾ ਖਰਾਬ ਹੋ ਰਹੀ ਆ ਔਰ ਇੱਧਰ ਉੱਧਰ ਗੋਲ ਮੋਲ ਮੁੱਦਿਆਂ ਤੇ ਕੁਮਾ ਕੁਮਾ ਕੇ ਜਨਤਾ ਨੂੰ ਭਟਕਾਉਣਾ ਨਹੀਂ ਚਾਹੀਦਾ ਉਹਨਾਂ ਤੋਂ ਉਲਾ ਨਹੀਂ ਕਰਨਾ ਚਾਹੀਦਾ ਈਮਾਨਦਾਰੀ ਨਾਲ ਸਰਕਾਰ ਨੂੰ ਵੀ ਕੰਮ ਕਰਨਾ ਚਾਹੀਦਾ ਔਰ ਆਪੋਜੀਸ਼ਨ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਨਿਭਾਵੇ। ਸੋ ਸਰਕਾਰ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਭਾਜੀ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਹੋਰ ਕੀ ਕੀ ਅਹਿਮ ਮੁੱਦੇ ਗਿਆ ਜਿਹਦੇ ਤੇ ਗੱਲ ਕਰਨੀ ਚਾਹੀਦੀ ਹੈ? ਆਪੋਜੀਸ਼ਨ ਨੂੰ ਵੀ ਅੱਗੇ ਆ ਕੇ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਜਿਹੜੇ ਅਹਿਮ ਮੁੱਦੇ ਆ ਉਹਨਾਂ ਨੂੰ ਹੱਲ ਕੀਤਾ ਜਾ ਸਕੇ। ਦੇਖੋ ਜੀ ਇਹਨਾਂ ਤੋਂ ਇਲਾਵਾ ਨਹਿਰ ਦੇ ਮੁੱਦੇ ਤੋਂ ਇਲਾਵਾ ਇੱਕ ਹੋਰ ਆਮ ਲੋਕਾਈ ਦਾ ਜਿਹੜਾ ਦੁਖੀ ਹੋ ਰਹੀ ਹੈ ਲੋਕਾਈ ਉਹ ਮੁਲਾਜ਼ਮਾਂ ਦਾ ਵਾ ਸਰਕਾਰੀ ਮੁਲਾਜ਼ਮ ਜਿੰਨੇ ਵੀ ਵਿਭਾਗਾਂ ਦੇ ਬਹੁਤ ਦੁਖੀ ਨੇ ਔਰ ਸਭ ਹੜਤਾਲਾਂ ਕਰੀ ਜਾ ਰਿਹਾ ਇਹਨਾਂ ਦੇ ਵਿੱਚ ਇੱਕ ਖਾਸ ਪੁਰਾਣੀ ਜੋਬ ਜਿਹੜੀ ਆ ਸਭ ਤੋਂ ਪੁਰਾਣਾ ਅਹੁਦਾ ਵਾ ਉਹ ਪਟਵਾਰੀ ਦਾ ਤੇ ਥਾਣੇਦਾਰ ਦਾ ਉਹਦੇ ਵਿੱਚੋਂ ਜਿਹੜੀ ਪਟਵਾਰੀਆਂ ਦੀ ਪੋਸਟ ਆ ਉਹ 500 ਸਾਲ ਤੋਂ ਪੁਰਾਣੀ ਚੱਲਦੀ ਆ ਰਹੀ ਆ ਹੁਣ ਆਣ ਕੇ ਮੁੱਖ ਮੰਤਰੀ ਸਾਹਿਬ ਨੇ ਇਸ ਵਾਂ ਜਿਹੜੀ ਲਾਈ ਆ ਉਹਦਾ ਸਭ ਤੋਂ ਜ਼ਿਆਦਾ ਵਿਕਟਮਾਈਜ਼ ਪਟਵਾਰੀ ਹੋ ਰਹੇ ਪਟਵਾਰੀਆਂ ਨੂੰ ਬਦਨਾਮ ਕਰਦੇ ਆ ਸ਼ਹਿਰ ਦਾ ਜਿਹੜਾ ਸਰਕਲ ਆ ਉਹ ਲੱਖ ਡੇਢ ਲੱਖ ਬੰਦੇ ਪਿੱਛੇ ਇੱਕ ਪਟਵਾਰੀ ਹੁੰਦਾ ਪਿੰਡਾਂ ਦੇ ਵਿੱਚ 4000 5000 ਪਟਵਾਰੀ ਲੋਕਾਂ ਪਿੱਛੇ ਇੱਕ ਪਟਵਾਰੀ ਹੁੰਦਾ ਲੋਕਾਂ ਦੇ ਜਿਹੜੇ ਸ਼ਹਿਰ ਦੇ ਸਰਕਲ ਆ ਉਹ ਗਵਰਨਮੈਂਟ ਨੇ ਬੰਦ ਕਰਾ ਦਿੱਤੇ ਲੋਕ ਉੱਥੇ ਤੜਫਦੇ ਪਏ ਔਰ ਗਵਰਨਮੈਂਟ ਨੂੰ ਵੀ ਇਹਦਾ ਘਾਟਾ ਪੈ ਰਿਹਾ ਵਾ ਮੇਰੀ ਭਗਵੰਤ ਮਾਨ ਜੀ ਅੱਗੇ ਪ੍ਰਧਾਨ ਮੁੱਖ ਮੰਤਰੀ ਅੱਗੇ ਬੇਨਤੀ ਆ ਵੀ ਪਟਵਾਰੀ ਜਿਹੜੀ ਭਰਤੀ ਹੋਣ ਵਾਲੀ ਉਹ ਹਾਲੇ 2 ਸਾਲ ਲੱਗ ਜਾਂਦੇ ਆ 2.5 ਸਾਲ ਲੱਗ ਜਾਂਦੇ ਉਹਨਾਂ ਨੂੰ ਹਾਲੇ ਵੀ ਹਜ਼ਾਰਾਂ ਸੈਂਕੜਾ ਪਟਵਾਰੀ ਭਰਤੀ ਕਰਨ ਦੀ ਲੋੜ ਆ ਪਟਵਾਰੀ ਜਿੱਥੇ-ਜਿੱਥੇ ਆਪਣੇ ਸਰਕਲ 'ਚ ਕੰਮ ਕਰਦੇ ਕਰਦੇ ਪਏ ਆ ਔਰ ਜਿਹੜੇ ਖਾਲੀ ਸਰਕਲ ਹੋ ਗਏ ਉੱਥੋਂ ਦੇ ਲੋਕ ਤਰਸਦੇ ਪਏ ਆ ਜਲਦੀ ਤੋਂ ਜਲਦੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਪਟਵਾਰੀਆਂ ਨੂੰ ਤੇ ਸ਼ਹਿਰ ਦੇ ਲੋਕਾਂ ਨੂੰ ਇਹਦੀ ਸੁੱਖ ਲੈਣ ਵਾਸਤੇ ਇਹਦਾ ਫਾਇਦਾ ਲਾਣ ਵਾਸਤੇ ਪਟਵਾਰੀਆਂ ਕੋ ਕੰਮ ਲਿਆ ਜਾਵੇ ਔਰ ਸ਼ਹਿਰ ਦੇ ਜਿਹੜੇ ਸਰਕਲ ਆ ਦੁਬਾਰਾ ਉੱਥੇ ਪਟਵਾਰੀ ਲਾਏ ਜਾ। ਭਾਜੀ ਕ੍ਰਪਸ਼ਨ ਤੇ ਗੱਲ ਹੋਣੀ ਚਾਹੀਦੀ ਹੈ ਇਸ ਜਿਹੜੀ ਡਿਬੇਟ ਹੈ, ਓਪਨ ਡਿਬੇਟ ਹੈ ਕਿ ਲੱਗਦਾ ਕਿ ਕ੍ਰਪਸ਼ਨ ਵੀ ਇੱਕ ਅਹਿਮ ਮੁੱਦਾ ਵੈ ਹਾਲਾਂਕਿ ਭਗਵੰਤ ਮਾਨ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਵੈ ਆਪਣੇ ਮੰਤਰੀਆਂ ਨੂੰ ਹੀ ਫੜਿਆ ਵੈ ਪਟਵਾਰੀਆਂ ਨੂੰ ਵੀ ਫੜਿਆ ਵੈ ਲੇਕਿਨ ਲੱਗਦਾ ਕਿ ਅੱਜ ਵੀ ਤੁਸੀਂ ਕੋਈ ਕੰਮ ਕਰਨ ਜਾਓ ਕਿ ਲੱਗਦਾ ਕਿ ਪੈਸੇ ਤੋਂ ਬਿਨਾ ਕੰਮ ਹੋ ਜਾਂਦਾ। ਕ੍ਰਪਸ਼ਨ ਤਾਂ ਅੱਗੇ ਨੂੰ ਬਹੁਤ ਜ਼ਿਆਦਾ ਵਧ ਗਈ ਆ। ਇੱਥੇ ਵੀ ਡਿਬੇਟ ਹੋਣੀ ਚਾਹੀਦੀ ਆ। ਥੱਲੇ ਦੇ ਮੁਲਾਜ਼ਮ ਉਦਲੇ ਅਸੀਂ ਕਿੰਨੇ ਕੁ ਫੜਦੇ ਆ ਅੱਜ ਤੁਸੀਂ ਪੰਜਾਬ ਦੇ ਜਿੰਨੇ ਤਹਿਸੀਲਦਾਰ ਆ ਚੈੱਕ ਕਰੋ ਉਹਨਾਂ ਦੀ ਤਨਖਾਹ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਕਿੱਥੋਂ ਆ ਗਈ ਆ ਐਸਪੀਆਂ ਦੀ ਜਾਇਦਾਦ ਕਿੱਥੋਂ ਆ ਗਈ ਆ ਉਹਨਾਂ ਦੀਆਂ ਤਨਖਾਵਾਂ ਦੇ ਬਰਾਬਰ ਉਹਨਾਂ ਦੀ ਜਾਇਦਾਦ ਹੈਗੀ ਆ ਕੋਈ ਵੀ ਅਫਸਰ ਚੈੱਕ ਕਰ ਲਓ ਆਈਪੀਐਸ ਐਕਟ ਪੀਸੀਐਸ ਆਈਪੀਐਸ ਜਿਹੜੇ ਮਰਜ਼ੀ ਚੈੱਕ ਕਰ ਲਓ ਇੱਥੇ ਵੀ ਡਿਬੇਟ ਹੋਣੀ ਚਾਹੀਦੀ ਆ ਬਹੁਤ ਮਸਲੇ ਆ ਜਿੱਥੇ ਡਿਬੇਟ ਹੋਣੀ ਚਾਹੀਦੀ ਆ ਕ੍ਰਪਸ਼ਨ ਦਾ ਵਾ ਲਾ ਐਂਡ ਆਰਡਰ ਦਾ ਵਾ ਜਿਹੜਾ ਬਿਲਕੁਲ ਫੇਲੀਅਰ ਆ ਡਰੱਗਸ ਦਾ ਮੁੱਦਾ ਵਾ ਬਹੁਤ ਤਗੜੇ ਮੁੱਦੇ ਆ ਜਿਨ੍ਹਾਂ ਤੇ ਸਾਨੂੰ ਬਹਿਸ ਕਰਨੀ ਚਾਹੀਦੀ ਮੈਂ ਨਾ ਇਹ ਓਪਨ ਪਿੰਡਾਂ ਦੇ ਲੋਕ ਵੀ ਵਿੱਚ ਲੈਣੇ ਚਾਹੀਦੇ ਬਹਿਸ ਕਰਨ ਲਈ ਪੰਜਾਂ ਸਤਾਂ ਪਿੰਡਾਂ ਦੇ ਲੈਣ ਇਹ ਪਾਰਟੀਆਂ ਵੀ ਬੈਠੇ ਲੋਕ ਵੀ ਇੱਕ ਸਵਾਲ ਕਰ ਅੱਜ ਦੇ ਸਮੇਂ ਦੇ ਵਿੱਚ ਭਾਜੀ ਜੇਕਰ ਤੁਸੀਂ ਆਪਣੀ ਧੀ ਭੈਣ ਨੂੰ ਘਰੋਂ ਬਾਹਰ ਭੇਜਦੇ ਹੋ ਤਾਂ ਕਿੰਨਾ ਕੁ ਉਹਨੂੰ ਸੁਰੱਖਿਅਤ ਮੰਨਦੇ ਹੋ ਕਿ ਕਾਨੂੰਨ ਵਿਵਸਥਾ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਤੁਸੀਂ ਸੋਚਦੇ ਹੋ ਕਿ ਅਸੀਂ ਸੁਰੱਖਿਅਤ ਦੇਖੋ ਇਹ ਤਾਂ ਪਹਿਲਾਂ ਸ਼ੁਰੂ ਹੋ ਗਿਆ ਸੀ 20 ਸਾਲ ਤੋਂ ਹੋਣ ਰਿਹਾ ਕਿ ਜਿਹੜਾ ਬੱਚਾ ਭੱਜ ਰਿਹਾ ਬੱਚਦੇ ਇੱਕੋ ਹੀ ਕਾਰਨ ਨਹੀਂ ਉਹਦਾ ਡਰੱਗਸ ਦਾ ਵੀ ਕਾਰਨ ਹੈ ਉੱਤੇ ਲਾ ਆਰਡਰ ਤੱਕ ਕਾਰਨ ਹੈ ਗੁੰਡਾਗਰਦੀ ਦਾ ਵੀ ਕਾਰਨ ਹੈ ਲੋਕ ਆਪਣਾ ਬੱਚਾ ਸੁਰੱਖਿਤ ਥਾਂ ਤੇ ਲੈ ਜਾਣਾ ਚਾਹੁੰਦੇ ਕਿ ਮੇਰਾ ਬੱਚਾ ਚੰਗੀ ਥਾਂ ਤੇ ਚਲੀ ਜਾਏ ਤੇ ਉੱਥੇ ਬਚਿਆ ਰਹੇਗਾ ਨਹੀਂ ਜਾਂ ਤਾਂ ਨਸ਼ਿਆਂ 'ਚ ਫਸ ਜਾਏਗਾ ਜਾਂ ਮਾਰਿਆ ਜਾਏਗਾ ਇਸ ਲਈ ਜਦੋਂ ਸਰਕਾਰਾਂ ਇੱਕਦਮ ਆਈਆਂ ਜਦੋਂ ਆਮ ਪਾਰਟੀ ਜਦੋਂ ਆਈ ਇੱਕਦਮ ਉਹ ਦੋਨਾਂ ਸਰਕਾਰਾਂ ਨੂੰ ਵੇਖ ਕੇ ਆਈ ਕਿ ਪਹਿਲੀ ਜਿਹੜੀ ਸਰਕਾਰਾਂ ਆ ਕਰਦੀਆਂ ਰਹੀਆਂ ਤੇ ਅਸੀਂ ਇੱਕ ਨਵਾਂ ਮੌਕਾ ਦੀਏ ਔਰ ਨਵੇਂ ਜਦੋਂ ਮੌਕਾ ਦੇ ਦਿੱਤਾ ਅਜੇ ਤੱਕ ਲੋਕ ਅਜੇ ਵੀ ਡਰੇ ਪਏ ਨੇ ਲੋਕ ਅਜੇ ਨਿਕਲਦੇ ਨਹੀਂ ਪਏ ਜਿਸ ਤਰ੍ਹਾਂ ਨਿਕਲਣਾ ਚਾਹੀਦਾ ਸੀ ਕਿ ਹਾਂ ਜੇ ਜਾਈਏ ਆਪਣੀ ਧੀ ਭੈਣ ਨੂੰ ਭੇਜ ਦੀਏ ਚਲੇ ਜਲ ਤੂੰ ਚਲ ਜਾ ਜਿੱਥੇ ਚਲ ਜਾ ਜਾਂ ਦੂਜੇ ਸ਼ਹਿਰ ਚਲ ਜਾ ਜਾਂ ਦੂਜੇ ਡਿਸਟ੍ਰਿਕਟ ਚਲ ਜਾ ਉਹ ਬੜੇ ਅਜੇ ਵੀ ਡਰੇ ਪਏ ਨੇ ਉਹ ਆਪਣਾ ਬੱਚਾ ਜਿਹੜਾ ਕੱਢਣ ਦਾ ਕਾਰਨ ਇਹ ਹੈ ਕਿ ਕਾਰਨ ਦੋ ਜੀ ਜੇ ਗੱਲ ਕਰੀਏ ਤੇ ਅਕਾਲੀ ਦਲ ਦੀ ਸਰਕਾਰ ਰਹੀ ਹੈ 2007 ਚ ਫਿਰ ਉਸ ਤੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਰਹੀ ਹੈ ਫਿਰ ਕਾਂਗਰਸ ਦੀ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਹੈ ਨਸ਼ੇ ਦੀ ਗੱਲ ਕਰੀਏ ਤੇ ਉਸ ਵੇਲੇ ਕੀ ਹਾਲਾਤ ਸੀ ਤੇ ਅੱਜ ਦੇ 2000 ਜਦੋਂ 22 ਚ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਤੇ ਹੁਣ ਦੇ ਕੀ ਹਾਲਾਤ ਹੈ ਕੀ ਲੱਗਦਾ ਕਿ ਕੁਝ ਘਟਿਆ ਹੈ ਜਾਂ ਫਿਰ ਅੱਗੇ ਨਾਲੋਂ ਵਧਿਆ ਨਸ਼ੇ ਦੀ ਹਾਲਤ ਬਦ ਤੋਂ ਬੱਤਰ ਹੋ ਗਈ ਹੈ ਜੀ ਨਸ਼ਾ ਜਿਉਂ ਹੀ ਪੰਜਾਬ ਵਿੱਚ ਇਹਨੇ ਪੈਰ ਪਸਾਰੇ ਆ ਬੇਕਾਰੀ ਬੇਰੋਜ਼ਗਾਰੀ ਅਨਪੜਤਾ ਵਾਲੇ ਪਾਸੇ ਅਸੀਂ ਜਿਆਦਾ ਵਧੇ ਆ ਪੰਜਾਬ ਵਿੱਚ ਸਮੁੱਚੀ ਉਹ ਜਿਹੜੀ ਸੜ ਕੋ ਸੋਚ ਸੀ ਇੱਕ ਵਧੀਆ ਸੋਚ ਵਾਲੇ ਲੋਕ ਉਹ ਲਗਭਗ ਪੰਜਾਬ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਨਿਕਲ ਗਏ ਆ ਮੈਂ ਤਾਂ ਸੋਚਦਾ ਨਾ ਕਿ ਪਿੰਡਾਂ ਵਿੱਚੋਂ ਜਦੋਂ ਅਸੀਂ ਨਿਕਲੇ ਆ ਬਹੁਤ ਸਾਰੇ ਲੋਕ ਸੰਜੀਦਾ ਲੋਕ ਜਿਹੜੇ ਪਿੰਡਾਂ ਵਿੱਚੋਂ ਨਿਕਲ ਕੇ ਸ਼ਹਿਰਾਂ ਵੱਲ ਆਏ ਉਹ ਸ਼ਹਿਰਾਂ ਵਿੱਚ ਵਿਆਣ ਕਿ ਉਹਨਾਂ ਦੇ ਪੈਰ ਨਹੀਂ ਲੱਗ ਸਕੇ ਉਹ ਸਾਡੀ ਸਾਰੀ ਜਵਾਨੀ ਜੋ ਸੂਝਵਾਨ ਸਾਡਾ ਕੈਡਰ ਸੀ ਉਹ ਬਾਹਰ દોੜੇ ਜਾ ਰਿਹਾ ਸਿਰਫ ਕਾਰਨ ਉਹਦਾ ਸਰਕਾਰ ਦੀਆਂ ਪਾਲਿਸਿਜ਼ ਜਾਂ ਨੀਤੀਆਂ ਵਾਂ ਜੇ ਸਰਕਾਰ ਸੰਜੀਦਾ ਹੋ ਜਾਏ ਤਾਂ ਅੱਜ ਹੀ ਸਾਡਾ ਪੰਜਾਬ ਸੋਨੇ ਦੀ ਚੜੀਆ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਸਰੋਧ ਦੀ ਕਮੀ ਨਹੀਂ ਸਾਡੇ ਨਾਲ ਬੇਇਨਸਾਫੀ ਜੜੀ ਹੋਈ ਆ ਟੱਕੇ ਛਾਈਆਂ ਹੋਈਆਂ ਚੰਡੀਗੜ੍ਹ ਜੋ ਕਿ ਪੰਜਾਬ ਦਾ ਬਣਦਾ ਸੀ ਅੱਜ ਤੱਕ ਸਰਕਾਰ ਨੇ ਸੰਜੀਦਗੀ ਨਾਲ ਚੰਡੀਗੜ੍ਹ ਬਾਰੇ ਨਹੀਂ ਸੋਚਿਆ ਪਾਣੀਆਂ ਦਾ ਮੁੱਦਾ ਤਾਂ ਆਪਾਂ ਪਹਿਲਾਂ ਡਿਸਕਸ ਕਰ ਲਿਆ ਰੋਜ਼ਗਾਰ ਦਾ ਮੁੱਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਔਰ ਬੇਕਾਰੀ ਦੀ ਵਜ੍ਹਾ ਹੀ ਹੈ ਇੱਕ ਕਿ ਅੱਜ ਸਾਡੀ ਜਿਹੜੀ ਜਵਨੀਆਂ ਉਹ ਨਸ਼ਾ ਵੱਲ ੱੱਕੀ ਦੇ ਜਾ ਰਹੀ ਹੈ ਔਰ ਉਹਦਾ ਬੈਨੀਫਿਟ ਕੌਣ ਲੈ ਰਿਹਾ ਜੋ ਪਿੱਛੇ ਬੈਠਾ ਹੋਇਆ ਨਸ਼ਾ ਮਾਫੀਆ ਉਸ ਚੀਜ਼ ਦਾ ਬੈਨੀਫਿਟ ਲੈ ਰਿਹਾ ਜੀ ਹਾਂਜੀ ਕਿੰਨੇ ਕੁ ਸੁਰੱਖਿਅਤ ਮੰਦੇ ਹੋ ਮਹਿਲਾ ਕਿੰਨੇ ਕੁ ਸੁਰੱਖਿਅਤ ਅਗਰ ਘਰ ਘਰੋਂ ਬਾਹਰ ਨਿਕਲਦੀ ਹੈ ਤੇ ਸੁਰੱਖਿਆ ਤੇਰੀ ਸੁਰੱਖਿਆ ਤੇ ਮਹਿਸੂਸ ਨਹੀਂ ਕਰਦੀ ਮੈਂ ਕਹਿੰਦੀਆਂ ਕਿਉਂਕਿ ਪਹਿਲਾਂ ਅਸੀਂ ਕਿਸੇ ਵੇਲੇ ਲੋੜ ਪੈਂਦੀ ਸੀ ਤੇ ਅਸੀਂ 11 12 ਵਜੇ ਵੀ ਨਿਕਲ ਆਉਂਦੇ ਸੀ ਘਰੋਂ ਬਾਹਰ ਹੌਲੀ ਹੌਲੀ ਮਤੇ ਹੋਇਆ ਸਾਰਾ ਇਹ ਨਹੀਂ ਕਿ ਐਸੀ ਵਲੀ ਹੋ ਗਿਆ ਆ ਲੇਕਿਨ ਇਹ ਬਦਲਣਾ ਚਾਹੀਦਾ ਸੀ ਸੁਰੱਖਿਆ ਮਿਲਣੀ ਚਾਹੀਦੀ ਸੀ ਬਦਲਣਾ ਚਾਹੀਦਾ ਸੀ ਮਾਹੌਲ ਲੇਕਿਨ ਨਹੀਂ ਬਦਲਿਆ ਹੁਣ ਤੇ 7-8 ਵਜੇ ਤੋਂ ਬਾਅਦ ਘਰਾਂ ਵਿੱਚ ਚਲੇ ਜਾਈਏ ਕੋਈ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਏ ਕਿੱਥੇ ਲੁੱਟ-ਖੋਹ ਹੋ ਜਾਏ ਖਾਸ ਕਰਕੇ ਲੇਡੀਜ਼ ਨੂੰ ਬਹੁਤ ਮੁਸ਼ਕਲ ਹੁੰਦੀ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਹੱਥਾਂ ਵਿੱਚੋਂ ਲੈ ਕੇ ਚੀਜ਼ਾਂ ਦੌੜ ਜਾਂਦੇ ਨੇ ਪਰ ਖੋਹ ਲੈਂਦੇ ਨੇ ਵਾਲੀਆਂ ਚ ਘਰਾਂ ਚੋਂ ਵੜ ਕੇ ਲੁੱਟ ਲੈਂਦੇ ਨੇ ਚੋਰੀਆਂ ਹੋ ਰਹੀਆਂ ਨੇ ਸੋ ਸੁਰੱਖਿਆ ਤੇ ਮਹਿਸੂਸ ਨਹੀਂ ਹੋ ਰਹੀ ਛੋਟੇ-ਛੋਟੇ ਜਵਾਬ ਲਾਉਂਗਾ ਕੀ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਗੱਲਬਾਤ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਸਮਾਂ ਆ ਗਿਆ ਹੈ ਉਹ ਕਪ ਕਰੇ ਲੋਕਾਂ ਨੂੰ ਬਾਹਰ ਨਿਕਲਣਾ ਚਾਹੀਦਾ ਲੋਕਾਂ ਨੂੰ ਦੀ ਆਵਾਜ਼ ਸੁਣਨੀ ਚਾਹੀਦੀ ਹੈ ਜੇ ਤੁਹਾਨੂੰ ਵੋਟਾਂ ਪਾਈਆਂ ਨੇ ਕਿਸ ਲਈ ਪਾਈਆਂ ਸੀ ਅਸੀਂ ਸੁਰੱਖਿਅਤ ਰਹੀਏ ਸਾਨੂੰ ਰੋਜ਼ਗਾਰ ਮਿਲੇ ਸਾਡੇ ਬੱਚਾ ਨਾ ਭੱਜੇ ਪੰਜਾਬ ਛੱਡ ਕੇ ਜਿੱਥੇ ਬੱਚਾ ਭੱਜ ਰਿਹਾ ਇਹ ਬਹੁਤ ਇੱਕ ਖਤਰਨਾਕ ਰੁਝਾਨ ਪੰਜਾਬ ਦਾ ਭਜੀ ਗੱਲਬਾਤ ਦਾ ਹੱਲ ਨਿਕਲੇਗਾ ਜਿਹੜੀ ਓਪਨ ਡਿਬੇਟ ਹੋਣੀ ਹੈ ਅਗਰ ਵਿਪਖਸ਼ੀ ਮੰndੀਆਂ ਤੇ ਕੀ ਲੱਗਦਾ ਕਿ ਗੱਲਬਾਤ ਨਾਲ ਕੋਈ ਹੱਲ ਨਿਕਲੇਗਾ ਨਿਕਲੂਗਾ ਹਮੇਸ਼ਾ ਹਰ ਹਰ ਮਸਲੇ ਦਾ ਹੱਲ ਹੀ ਗੱਲਬਾਤ ਹੈ ਗੱਲਬਾਤ ਦੇ ਨਾਲ ਹੀ ਹੱਲ ਨਿਕਲਦਾ ਭਾਈ ਤੁਸੀਂ ਕੀ ਸੋਚਦੇ ਹੋ ਕਿ ਅਗਰ ਗੱਲਬਾਤ ਹੁੰਦੀ ਹੈ ਤੇ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਜਵਾਬ ਮਿਲੂਗਾ ਜਾਂ ਪੰਜਾਬ ਦੇ ਲੋਕਾਂ ਨੂੰ ਕੰਮ ਚਾਹੀਦਾ ਕਿਉਂਕਿ ਡਰੱਗਸ ਦੇ ਮਾਮਲੇ 'ਚ ਕੰਮ ਚਾਹੀਦਾ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਕੰਮ ਚਾਹੀਦਾ ਜਾਂ ਸਿਰਫ ਗੱਲੀਬਾਤੀ ਜਿਹੜੇ ਲੀਡਰ ਵੋਟਾਂ ਲੈਂਦੇ ਆ ਤੇ ਉੱਥੇ ਹੀ ਕੰਮ ਖਤਮ ਵਾਦੇ ਜਿਹੜੇ ਕੀਤੇ ਉਹ ਭੁੱਲ ਜਾਂਦੇ ਆ ਸਭ ਕੁਝ ਫੇਕ ਜਾ ਰਿਹਾ ਜੀ ਇਹ ਵੀ ਜਿਹੜਾ ਮੁੱਦਾ ਮਿਹਰ ਤੇ ਬਹਿ ਕੇ ਗੱਲ ਹੋਣੀ ਆ ਕੁਝ ਨਾ ਕੁਝ ਉਹਦਾ ਹੱਲ ਨਿਕਲੇਗਾ ਜੇ ਨਾ ਨਿਕਲਿਆ ਹੱਲ ਤੇ ਲੋਕਾਂ ਨੂੰ ਆਪ ਜਦੋਂ ਜਹਿਦ ਕਰਨੀ ਪੈਣੀ ਆ ਤੇ ਪੰਜਾਬ ਨੂੰ ਬਚਾਉਣਾ ਪੈਣਾ ਵਾ ਨਸ਼ਿਆਂ ਤੋਂ ਹੋਰ ਜਿਹੜੇ ਦੀਗਰ ਸਾਨੂੰ ਪ੍ਰੋਬਲਮਾਂ ਮੁਸ਼ਕਲਾਂ ਵਾ ਉਹਦਾ ਹੱਲ ਤਾਂ ਹੀ ਹੋਏਗਾ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਸੋ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਦੇ ਧਿਆਨ ਦੇਣਾ ਚਾਹੀਦਾ ਲੇਕਿਨ ਲੋਕਾਂ ਦਾ ਇਹ ਵੀ ਜ਼ਰੂਰ ਮੰਨਣਾ ਹੈ ਕਿ ਗੱਲਬਾਤ ਜਿਹੜੇ ਬਲੇਮ ਮੁੱਖ ਮੰਤਰੀ ਤੇ ਜਾਂ ਫਿਰ ਪੰਜਾਬ ਸਰਕਾਰ ਤੇ ਵਿਪਕਸ਼ੀ ਆਲੇ ਲਾਰੇ ਆ। ਅਗਰ ਵਿਪਕਸ਼ੀ ਬਹਿ ਕੇ ਗੱਲ ਕਰਦੇ ਤੇ ਉਸ ਦੇ ਨਾਲ ਕੁਛ ਨਾ ਕੁਛ ਹੱਲ ਜ਼ਰੂਰ ਨਿਕਲੇ ਨਿਕਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਮਿਲਣਗੇ ਤੇ ਨਾਲ ਹੀ ਭਗਵੰਤ ਮਾਨ ਸਰਕਾਰ ਨੂੰ ਅੱਗੇ ਆ ਕੇ ਗੱਲਬਾਤ ਤੋਂ ਅਲੱਗ ਕੰਮ ਕਰਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚੋਂ ਕੰਮ ਹੋਣ। ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ